ਸਤਿ ਸ਼੍ਰੀ ਅਕਾਲ ਜੀ। ਮੈਂ ਇੱਥੇ ਆਇਆ ਸੀਗਾ, ਕਿਤੇ ਕਿਤਾਬ ਇੱਥੋਂ ਹੱਥ ਲੱਗੀ, ਇੱਕ ਨਰਿੰਦਰ ਸਿੰਘ ਕਪੂਰ ਹੋਣਾ ਦੀ ਕਿਤਾਬ ਪਈ ਹੈ ਇੱਥੇ। ਕਿਤਾਬ ਦਾ ਨਾਮ ਆ ਅੰਤਰਚਾਤ। ਇਹਦੇ ਵਿੱਚੋਂ ਮੈਂ ਕੁਛ ਗੱਲਾਂ ਚੰਗੀਆਂ ਤੁਹਾਨੂੰ ਮੈਂ ਕਿਹਾ ਸੁਣਾ ਦਿੰਦਾ, ਦੋ ਚਾਰ ਸਾਂਝੀਆਂ ਕਰ ਲੈਂਦੇ ਹਾਂ। ਕਹਿੰਦੇ, ਨਿਰਸੰਦੇਹ ਗਲਤੀਆਂ ਨਾਲ ਮਨੁੱਖ ਸਿੱਖਦਾ ਹੈ, ਪਰ ਇਸ ਦਾ ਅਰਥ ਇਹ ਨਹੀਂ ਕਿ ਉਹ ਜੀਵਨ ਭਰ ਗਲਤੀਆਂ ਕਰਦਾ ਰਹੇ ਅਤੇ ਕਹੇ ਕਿ ਮੈਂ ਤਾਂ ਸਿੱਖ ਰਿਹਾ ਹਾਂ। ਕਹਿੰਦੇ, ਬਿਨਾਂ ਸ਼ੱਕ ਕੁਝ ਕਰਨ ਦੀ ਕਲਾ ਕੁਝ ਕੀਤੀਆਂ ਹੀ ਆਉਂਦੀ ਹੈ। ਇਸੇ ਕਰਕੇ ਕਹਿੰਦੇ ਹਨ ਕਿ ਕੁਝ ਨਹੀਂ ਕਰੋਗੇ ਤਾਂ ਕੁਝ ਨਹੀਂ ਬਣੋਗੇ। ਕੰਮ ਤੋਂ ਬਿਨਾਂ ਗਿਆਨ ਬੋਝ ਹੈ, ਜੇ ਉਦੇਸ਼ ਸ਼ੁਭ ਨਾ ਹੋਵੇ ਤਾਂ ਗਿਆਨ ਵੀ ਸਰਾਪ ਅਤੇ ਪਾਪ ਹੋ ਨਿਬੜਦਾ ਹੈ। ਬਿਲਕੁਲ ਸਹੀ ਗੱਲ। ਕਹਿੰਦਾ, ਸਾਡੇ ਯੁੱਗ ਦੇ ਲੱਖਾਂ ਲੋਕ ਗਿਆਨ ਦੀ ਕੈਦ ਭੁਗਤ ਰਹੇ ਹਨ। ਵਾਕਿਆ ਹੀ ਵੇਖਿਆ ਗਿਆ ਹੈ ਕਿ ਸਭ ਤੋਂ ਵੱਡੀ ਪ੍ਰਸ਼ੰਸਾ ਉਹ ਕੰਮ ਕਰਨ ਵਿੱਚ ਹੁੰਦੀ ਹੈ ਜਿਸ ਬਾਰੇ ਲੋਕ ਕਹਿਣ ਕਿ ਤੁਸੀਂ ਇਹ ਨਹੀਂ ਕਰ ਸਕਦੇ। ਕਹਿੰਦਾ, ਚੰਗੇ ਕੰਮ ਦੀ ਪਛਾਣ ਹੀ ਇਹ ਹੈ ਕਿ ਜਦੋਂ ਕੋਈ ਚੰਗਾ ਕੰਮ ਹੋ ਜਾਂਦਾ ਹੈ ਤਾਂ ਉਸ ਦੇ ਅਨੇਕਾਂ ਦਾਅਵੇਦਾਰ ਪੈਦਾ ਹੋ ਜਾਂਦੇ ਹਨ, ਜਿਹਨੂੰ ਕਹਿੰਦੇ ਉਹਨੇ ਮਰੀ ਮਰਾਈ 'ਤੇ ਸ਼ੇਰ ਬਣਨਾ, ਹੈ ਨਾ। ਗਿਆਨੀ ਧਿਆਨੀ ਅਸੀਂ ਸਾਰੇ ਹੀ ਹਾਂ, ਪਰ ਅੰਤਰ ਗਿਆਨ ਦਾ ਨਹੀਂ ਹੁੰਦਾ, ਕੰਮ ਦਾ ਹੁੰਦਾ ਹੈ। ਗਿਆਨ ਨੂੰ ਅਮਲ ਵਿੱਚ ਲਿਆਉਣ ਦਾ ਹੁੰਦਾ ਹੈ, ਹੈ ਨਾ। ਉਹਨਾਂ ਨੇ ਵੀ ਲਿਖਿਆ, ਕਹਿੰਦੇ ਵੀ ਜੇਕਰ ਸੰਸਾਰ ਸਾਡੀ ਨੇਕੀ ਵਾਸਤੇ ਸਾਨੂੰ ਕੁਝ ਨਹੀਂ ਦਿੰਦਾ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਅਸੀਂ ਪੂਰੀ ਤਰ੍ਹਾਂ ਨੇਕ ਨਹੀਂ ਹਾਂ। ਕਹਿੰਦਾ, ਦੁਨੀਆ ਕਦੀ ਵੀ ਗਲਤ ਨਹੀਂ ਤੋਲਦੀ, ਇਹ ਪਰਖਿਆ ਹੋਇਆ ਸੱਚ ਹੈ ਕਿ ਸੰਸਾਰ ਤੁਹਾਡੇ ਵਿੱਚ ਤਾਂ ਹੀ ਵਿਸ਼ਵਾਸ ਪ੍ਰਗਟਾਵੇਗਾ ਜੇ ਤੁਹਾਡਾ ਆਪਣੇ ਆਪ ਵਿੱਚ ਵਿਸ਼ਵਾਸ ਹੈ, ਮਤਲਬ ਸਵੈ ਵਿਸ਼ਵਾਸ ਨਾ। ਇਸ ਸੰਬੰਧ ਵਿੱਚ ਸੰਸਾਰ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਫਿਰ ਉਹ ਕਹਿੰਦੇ ਆ ਕਿ ਮਨੁੱਖ ਉਸੇ ਕੰਮ ਨੂੰ ਠੀਕ ਕਰ ਸਕਦਾ ਹੈ ਜਿਸ ਵਿੱਚ ਉਸਦਾ ਵਿਸ਼ਵਾਸ, ਦਿਲਚਸਪੀ ਅਤੇ ਭਰੋਸਾ ਹੁੰਦਾ ਹੈ। ਕਹਿੰਦੇ, ਸਮੁੰਦਰ ਬਹੁਤ ਵੱਡਾ ਹੈ ਪਰ ਆਕਾਸ਼ ਸਮੁੰਦਰ ਤੋਂ ਵੀ ਵੱਡਾ ਹੈ, ਪਰ ਆਕਾਸ਼ ਤੋਂ ਵੀ ਵੱਡੀ ਹੈ ਮਨੁੱਖ ਦੀ ਕਲਪਨਾ। ਕਹਿੰਦਾ, ਗੁਲਾਬਾਂ ਦਾ ਕਦੇ ਵੀ ਮੀਂਹ ਨਹੀਂ ਵਰੇਗਾ, ਵਧੇਰੇ ਗੁਲਾਬਾਂ ਵਾਸਤੇ ਕਿਆਰੀਆਂ ਵਿੱਚ ਵਧੇਰੇ ਕਲਮਾਂ ਲਾਉਣੀਆਂ ਪੈਣਗੀਆਂ। ਮਾਨਵ ਜਾਤੀ ਦਾ ਵਿਕਾਸ ਸਦਾ ਮਿਹਨਤ ਵਿੱਚੋਂ ਲੰਘਿਆ ਹੈ। ਫਿਰ ਹੈਗਾ ਆ, ਇਹਨਾਂ ਦੇ ਲੇਖ ਦਾ ਨਾਮ ਆ ਧਿਆਨ ਨਾਲ ਟੁਰੋ ਝੱਲੇ ਜਿਹੇ ਹੋ ਕੇ। ਕਹਿੰਦਾ, ਹਾਰੇ ਹੋਏ ਜਕਾਰਿਆਂ ਨਾਲ ਪੰਥ ਨਹੀਂ ਸਿਰਜੇ ਜਾ ਸਕਦੇ। ਕਈਆਂ ਦੇ ਜੀਵਨ ਅੰਦਰ ਜੋੜਾਂ ਵਿੱਚ ਦਰਦ ਤੋਂ ਸਿਵਾਏ ਕੁਝ ਨਹੀਂ ਵਾਪਰਦਾ। ਅਨੇਕਾਂ ਲੋਕ ਹਨ ਜਿਹੜੇ ਆਪਣਾ ਸਾਰਾ ਧਿਆਨ ਅਤੇ ਆਪਣੀ ਸਮੁੱਚੀ ਦ੍ਰਿਸ਼ਟੀ ਕੇਵਲ ਨੁਕਸ ਲੱਭਣ ਵਿੱਚ ਰੋਲ ਦਿੰਦੇ ਹਨ। ਵਾਹ। ਕਹਿੰਦਾ ਵੀ ਕੁਝ ਨਵਾਂ ਕਰਨ ਲਈ ਆਪਣੀ ਮਾਤ ਭਾਸ਼ਾ ਵਿੱਚ ਨਿਪੁੰਨ ਹੋਣਾ ਅਤੇ ਆਪਣੇ ਦੇਸ਼ ਉੱਤੇ ਮਾਣ ਕਰਨਾ ਬੁਨਿਆਦੀ ਆਧਾਰ ਹਨ। ਮਾਤ ਭਾਸ਼ਾ ਤੋਂ ਬਿਨਾਂ ਸਾਡੇ ਵਿੱਚ ਮਾਲਕੀ ਦਾ ਅਹਿਸਾਸ ਨਹੀਂ ਜਾਗਦਾ ਅਤੇ ਸਾਡੀ ਸਥਿਤੀ ਨੌਕਰਾਂ ਵਾਲੀ ਬਣੀ ਰਹਿੰਦੀ ਹੈ। ਸਫਲਤਾ ਹਮੇਸ਼ਾ ਮਿਹਨਤ ਅਤੇ ਜ਼ਿੰਮੇਵਾਰੀ ਉਗਵਾ ਜੀ ਗਿਆ, ਮਤਲਬ ਕਿ ਮਿਹਨਤ ਅਤੇ ਜ਼ਿੰਮੇਵਾਰੀ ਨਾਲ ਹੀ ਆਉਂਦੀ ਹੈ, ਇੱਦਾਂ ਹੀ ਹੋਣੀ ਕੋਈ ਗੱਲ। ਕਹਿੰਦੇ ਵੀ ਹਾਂ, ਜਿਹੜੇ ਸਾਡੀ ਬੇਇੱਜ਼ਤੀ ਕਰਦੇ ਹਨ ਅਭਿਲਾਸ਼ਾ ਉਹਨਾਂ ਦੀ ਵੀ ਸਾਡੇ ਨਾਲ ਰਿਸ਼ਤਾ ਬਣਾਈ ਰੱਖਣ ਦੀ ਹੁੰਦੀ ਹੈ। ਇੱਜ਼ਤ ਦੀ ਆਸ ਇੱਕ ਸੁਪਨਾ ਹੈ, ਬੇਇੱਜ਼ਤੀ ਨਿੱਤ ਦਿਨ ਵਾਪਰਨ ਵਾਲੀ ਇੱਕ ਹਕੀਕਤ ਹੈ। ਕਮਲ ਦੇ ਫੁੱਲ ਗੰਧਲੇ ਪਾਣੀ ਦੀ ਨੇਕ ਕਮਾਈ ਹੁੰਦੇ ਹਨ। ਪਾਣੀ ਕਿਤਨਾ ਵੀ ਵੱਧ ਜਾਵੇ, ਕਮਲ ਦੇ ਫੁੱਲ ਦੀ ਗਰਦਨ ਉੱਚੀ ਹੀ ਰਹੇਗੀ। ਕਹਿੰਦਾ, ਬੇਇੱਜ਼ਤੀਆਂ ਸਾਡਾ ਰਾਹ ਰੋਕਦੀਆਂ ਹਨ, ਪਰ ਜਿਨ੍ਹਾਂ ਨੇ ਪਹੁੰਚਣਾ ਹੁੰਦਾ ਹੈ ਉਹ ਬੀਆਬਾਨਾਂ ਵਿੱਚੋਂ ਲੰਘ ਕੇ ਵੀ ਨਿਸ਼ਾਨਿਆਂ 'ਤੇ ਅੱਪੜ ਜਾਂਦੇ ਹਨ। ਜੇ ਨਿਸ਼ਾਨਾ ਉੱਚਾ ਹੋਵੇ ਤਾਂ ਹਰ ਪ੍ਰਕਾਰ ਦੀ ਬੇਇੱਜ਼ਤੀ ਨੀਵੀਂ ਪ੍ਰਤੀਤ ਹੁੰਦੀ ਹੈ। ਕਹਿੰਦਾ, ਮਾਨਵ ਜਾਤੀ ਦਾ ਕੋਈ ਵੀ ਯੁੱਗ ਨਸ਼ਿਆਂ, ਚੋਰਾਂ, ਬੇਈਮਾਨਾਂ, ਠੱਗਾਂ, ਨਜਾਇਜ਼ ਸੰਬੰਧਾਂ ਆਦਿ ਤੋਂ ਮੁਕਤ ਨਹੀਂ ਹੋਇਆ। ਬਿਲਕੁਲ ਸੱਚੀ ਗੱਲ। ਉਂਝ ਤਾਂ ਸੰਕਟਾਂ ਦੀ ਗਿਣਤੀ ਅਤੇ ਵੰਨਗੀ ਅਣਗਿਣਤ ਹੈ, ਪਰ ਕੁਝ ਬੁਨਿਆਦੀ ਸੰਕਟ ਹਨ ਜਿਹੜੇ ਸਮੁੱਚੀ ਮਾਨਵ ਜਾਤੀ ਦੇ ਸਾਂਝੇ ਹਨ। ਬੜੀ ਸੋਹਣੀ ਗੱਲ ਆ। ਫਿਰ ਕਹਿੰਦਾ, ਭੀੜ ਆਪਣੇ ਢਿੱਡ ਨੂੰ ਹੀ ਆਪਣਾ ਦਿਮਾਗ ਸਮਝਦੀ ਹੈ। ਸਭ ਨਾਅਰਿਆਂ ਦਾ ਸਰੋਤ ਢਿੱਡ ਹੈ। ਨਾਅਰੇ ਰੌਲਾ ਉਪਜਾਉਂਦੇ ਹਨ, ਰੌਲਾ ਭੀੜ ਦਾ ਵਾਰਤਾਲਾਪ ਹੁੰਦਾ ਹੈ, ਭੀੜ ਬੋਲਦੀ ਹੈ ਸੁਣਦੀ ਨਹੀਂ। ਫਿਰ ਕਹਿੰਦਾ, ਪੀਂਘ ਨੂੰ ਰੱਸੀ ਦੇ ਟੁੱਟਣ ਦੇ ਡਰ ਨਾਲ ਨਾ ਵੇਖੋ, ਜ਼ਿੰਦਗੀ ਦੇ ਪਿੜ ਵਿੱਚ ਖਲੋ ਕੇ ਉਸਦੇ ਹੁਲਾਰੇ ਦੀ ਆਸ ਨਾਲ ਵੇਖੋ। ਸੋ ਇਹ ਕੁਝ ਸ਼ਾਨਦਾਰ ਗੱਲਾਂ, ਇਹ ਸਾਰੀ ਕਿਤਾਬ ਪੜ੍ਹਨ ਵਾਲੀ ਹੈ, ਲੇਖ ਸੰਗ੍ਰਹਿ ਆ, ਇਹਦੇ ਵਿੱਚ ਬੜੇ ਸ਼ਾਨਦਾਰ ਲੇਖ ਆ ਕਪੂਰ ਸਾਹਿਬ ਦੀ। ਇਹ ਪੂਰੀ ਕਿਤਾਬ ਦਾ ਮੈਂ ਤੁਹਾਡੇ ਨਾਲ ਰਿਵਿਊ ਸਾਂਝਾ ਕਰਾਂਗਾ ਅਤੇ ਹੋਰ ਵੀ ਗੱਲਾਂ ਦੱਸੂੰਗਾ ਇਹਦੇ ਵਿੱਚੋਂ ਕੁਛ। ਅਤੇ ਫਿਲਹਾਲ ਤੁਸੀਂ ਇਹ ਚੰਗੀਆਂ ਗੱਲਾਂ ਦਾ ਆਨੰਦ ਮਾਣਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਕੁਛ ਸਮਾਂ ਜਿਹਾ ਇੱਥੇ ਮੈਨੂੰ ਮਿਲਿਆ, ਮੈਂ ਬੈਠਾ ਸੀ, ਥੋੜ੍ਹੇ ਪਲ ਵਿਹਲੇ ਸੀ, ਮੈਂ ਕਿਹਾ ਕਿਉਂ ਗਵਾਉਣੇ,
कुछ पढ़ के तुहानूं सुणाउंदे आ। उम्मीद करदा तुहानूं इह गल्लां चंगीआं लग्गीआं होणगीआं। सो वीडियो देखण लई धन्नवाद जी। चैनल ते जे तुसीं नवें आ तां चैनल नूं सबसक्राइब कर लैणा तां कि चंगीआं गल्लां चंगीआं किताबां दी समझ तुहाडे नाल पाउंदा रहां। धन्नवाद जी।